ਮੈਂ ਕੱਡੇ ਤੇ ਗਿਆ ਸੀ ਤੇ ਰੋਡ ਦੇ ਵਿਚਾਲੇ ਚ ਮੇਰੇ ਨਾਲ ਇੱਕ ਮਸਲਾ ਬਣ ਗਿਆ ਸੀ ਮੈਂ ਗੁਜ਼ਰਨ ਲੱਗਾ ਤੇ ਮਸਲਾ ਬਣ ਗਿਆ ਮੈਂ ਆਖੇ ਹੁਣ ਮੈਂ ਕੀ ਕਰਾਂ ਕਿਵੇਂ ਇੱਥੋਂ ਲੰਘਾਂ ਫਿਰ ਮੈਂ ਇੱਕ ਐਕਸ਼ਨ ਸੋਚਿਆ ਸੀ ਉਹ ਐਕਸ਼ਨ ਤੁਹਾਨੂੰ ਦਿਖਾਉਣ ਲੱਗਾ ਜ਼ਰਾ ਫਿੱਟ ਹੋ ਕੇ ਮੇਰਾ ਐਕਸ਼ਨ ਦੇਖਣਾ ਜ਼ਾਇਆ ਨਾ ਕਰਨਾ ਮੇਰਾ ਐਕਸ਼ਨ ਮੇਰਾ ਬਹੁਤ ਕੀਮਤੀ ਐਕਸ਼ਨ ਜ਼ਰਾ ਰੁਕ ਜਾਓ ਕਾਰ ਵਾਲੇ ਰੁਕ ਜਾਓ ਰਸ਼ਕੇ ਵਾਲੇ ਰੁਕ ਜਾਓ ਰੁਕ ਜਾਓ ਮੋਟਰਸਾਈਕਲ ਵਾਲੇ ਰੁਕ ਜਾਓ ਤੁਸੀਂ ਰੁਕ ਜਾਓ ਰੁਕ ਜਾਓ ਰੁਕ ਜਾਓ ਫਿਰ ਮੈਂ ਆਖਿਆ ਜਦੋਂ ਮੇਰਾ ਮਸਲਾ ਪੂਰਾ ਹੋ ਗਿਆ ਫਿਰ ਮੈਂ ਸਾਰੇ ਲੰਘ ਆਓ ਸਾਰੇ ਲੰਘ ਆਓ ਸਾਰੇ ਲੰਘ ਆਓ ਲੰਘ ਆਓ।